नमस्कार दोस्तों, द फैक्ट टाइम में आपका स्वागत है। हमारे साथ सिख समुदाय के लोग हमारे साथ जुड़ रहे हैं। काफी पंजाब में काफी चर्चा चल रही है, काफी दिखाया जा रहा है डेरा सच्चा सौदा वैसे डॉक्टर गुरमीत राम रिम सिंह जिंसा के बारे में, सिख समुदाय लोगों का उनके बारे में क्या मानना है, ये इनका डेरा सच्चा सौदा के बारे में क्या मानना है, इन्हीं से बात करते हैं। नमस्कार सर, आप सत श्रीकाल, थोड़ा द फैक्ट टाइम चैनल स्वागत है। सर थोड़ा नाम की है? जीता सिंह जी। जीता सिंह जी, तुम सिख धर्म नू जिवें बिलोंग करदे हो, सिख धर्म नाल जुड़े हुए हो, डेरा सच्चा सौदा दे बारे च तुसीं की कहना चाहोगे, वो किस धर्म नू मनदा है? सारे धर्मां नू मनदे ने जी, डेरा सच्चा सौदा जी सारा नमस्कार करदे ने जी। गुरु जी किस धर्म की शिक्षा किस धर्म की देंगे एक्चुअली जी? गुरु जी तो बहुत सिक्ख्या देंगे ने जी, भी सारे जी करके बोलना है, किसी को वो नहीं कहना जी। तो सिख धर्म का भी सत्कार करते हैं, गुरु ग्रंथां का भी सारे का ही करते हैं जी। ਜਿਹੜਾ ਹੁਣ ਪੰਜਾਬ 'ਚ ਦਿਖਾਇਆ ਜਾ ਰਿਹਾ ਹੈ ਅਲੱਗ ਤਰੀਕੇ ਨਾਲ, ਵੀ ਅਦਬੀ ਬੇਅਦਬੀ ਦੇ ਜਿਹੜਾ ਉਹ ਗੱਲ ਬੋਲੀ ਜਾ ਰਹੀ ਹੈ, ਇਹ ਸਾਰੇ ਝੂਠ ਨੇ ਜੀ। ਇਹ ਜਿਹੜਾ ਗੁਰੂਆਂ ਵਾਸ ਕੋਈ ਗੱਲ ਹੀ ਹੈ ਨਹੀਂ, ਉਹ ਤਾਂ ਪੜ੍ਹਾਈ ਬਾਰੇ ਕੰਮ ਦੱਸਦੇ ਨੇ ਜੀ, ਸਾਰਾ ਕੁਝ ਸੱਚੀ ਸੇ ਸਭ ਚੱਲਣ 'ਤੇ ਕਹਿੰਦੇ ਨੇ ਜੀ। ਤੁਸੀਂ ਕਦੇ ਗਏ ਹੋ ਡੇਰਾ ਸੱਚਾ ਸੌਦਾ? ਹਾਂ ਜੀ ਗਏ ਹਾਂ ਜੀ, ਅਸੀਂ ਜਾਂਦੇ ਰਹਿੰਦੇ ਸੀ। ਤੁਹਾਨੂੰ ਕਿਵੇਂ ਦਾ ਮਾਹੌਲ ਲੱਗਦਾ? ਸਾਨੂੰ ਤਾਂ ਬਹੁਤ ਚੰਗਾ ਮਾਹੌਲ ਲੱਗਦਾ ਜੀ, ਪਿਤਾ ਜੀ ਬਹੁਤ ਚੰਗੇ ਕੰਮ ਕਰ ਰਹੇ ਨੇ ਜੀ, ਕਿਸੇ 'ਤੇ ਬੁਰਾਈ ਨਹੀਂ ਕਰਦੇ ਜੀ, ਸਾਰੇ ਧਰਮਾਂ ਨੂੰ ਹੋ ਕੇ ਸਵੀਕਾਰ ਕਰਦੇ ਨੇ ਜੀ। ਤੇ ਗੁਰੂ ਜੀ ਨੇ ਕਿਸ ਤਰ੍ਹਾਂ ਦੇ ਕੰਮ ਫਿਰ ਦੇਸ਼ ਦੇ ਲਈ, ਸਮਾਜ ਦੇ ਲਈ ਕੀਤੇ ਨੇ? ਗੁਰੂ ਜੀ ਨੇ ਜੀ ਸਾਰੇ ਕੰਮ ਉਹ ਕਰੇ ਨੇ, ਵਿਆਹ ਸ਼ਾਦੀਆਂ ਵਾਸਤੇ ਜੀ, ਲੋਕਾਂ ਦੇ ਮਕਾਨ ਪਾਉਣੇ ਜੀ, ਖੂਨ ਦਾਣਾ ਬਾਰੇ ਜੀ ਸਾਰੇ ਕੰਮ ਕਰੇ ਨੇ ਜੀ, ਬੱਤੀ ਕੰਮ ਉਹ ਕਰੇ ਨੇ ਜੀ। ਨਸ਼ੇ ਨੂੰ ਰੋਕਣ ਲਈ ਕੀ ਕੰਮ ਕੀਤੇ? ਨਸ਼ੇ ਦੇ ਕੰਮਾਂ ਲਈ ਜੀ ਸਾਰਿਆਂ ਨੂੰ ਨਸ਼ਿਆਂ ਦੇ ਵਾਸਤੇ ਕੈਂਪ ਲਵਾਏ ਨੇ ਜੀ, ਸਾਰਾ ਕੁਛ ਜੀ ਉਹ ਕਰਿਆ ਜੀ ਕਿਸੇ ਨੂੰ। ਅੱਜ ਕਿੰਨੇ ਕੁ ਲੋਕ ਹੋਣਗੇ ਗੁਰੂ ਜੀ ਦੇ ਨਾਲ? ਅੱਜ ਗੁਰੂ ਨਾਲ ਜੀ ਮੈਨੂੰ ਲੱਗਦਾ 7-8 ਕਰੋੜ ਦੁਨੀਆ ਹੋਊਗੀ ਜੀ, ਸਾਧ ਸੰਤ ਨਾਲ 7-8 ਹੈਗੀ ਹੈ ਜੀ ਕਰੋੜ ਜੀ। ਇੰਨੀ ਜਨਸੰਖਿਆ ਮਤਲਬ ਕਿਉਂ ਜੁੜੀ ਹੋਈ ਹੈ ਉਹਨਾਂ ਨਾਲ? ਮਤਲਬ ਉਹ ਹੈ ਜਾਂ ਲੋਕਾਂ ਨੂੰ ਕੀ ਦਿੰਦੇ ਆ ਜਾਂ ਕੀ ਦੱਸਦੇ ਜਿਹੜੇ ਅੱਜ ਲੋਕ ਉਹਨਾਂ ਨਾਲ? ਉਹ ਚੰਗੀ ਪ੍ਰੇਰਨਾ ਦੱਸਦੇ ਹੈਗੇ ਜੀ, ਵੀ ਚੰਗੇ ਚੰਗੇ ਕੰਮ ਕਰਦੇ ਨੇ ਜੀ, ਭਲਾਈ ਦੇ ਕੰਮ ਕਰਦੇ ਨੇ ਜੀ, ਖੂਨ ਦਾਨ ਯਾਰ ਕੁੜੀਆਂ ਦੇ ਵਿਆਹ ਕਰਦੇ ਨੇ ਜੀ, ਮਕਾਨ ਪਾ ਕੇ ਦਿੰਦੇ ਨੇ, ਚੰਗੇ ਕੰਮਾਂ 'ਤੇ ਤੁਰਨ ਲਈ ਕਹਿੰਦੇ ਨੇ। ਫਿਰ ਜਿਹੜੇ ਉਹਨਾਂ 'ਤੇ ਆਰੋਪ ਲਗਾਏ ਜਾ ਰਹੇ ਆ, ਉਹਨਾਂ ਬਾਰੇ ਕੀ ਕਹੋਗੇ? ਉਹ ਤਾਂ ਗਲਤ ਰੋਕ ਲਾਏ ਗਏ ਨੇ ਜੀ ਸਾਰੇ। ਕਿਉਂ ਲਗਾਏ ਜਾ ਰਹੇ ਆ ਉਹਨਾਂ 'ਤੇ? ਉਹਨਾਂ ਨੂੰ ਕਿਉਂ ਐਂ ਟਾਰਗੇਟ ਕੀਤਾ ਜਾ ਰਿਹਾ, ਉਹਨਾਂ 'ਤੇ ਕਿਉਂ ਆਰੋਪ ਲਗਾਏ ਜਾ ਰਹੇ ਨੇ? ਹੁਣ ਜੀ ਸਰ ਜੀ ਮੈਂ ਹੁਣ ਕੀ ਦੱਸਾਂ ਜੀ, ਆਪਾਂ ਤਾਂ ਇਹੀ ਕਹਿੰਦੇ, ਕੀ ਪਤਾ ਕੀ ਲਾਈ ਜਾਂਦੇ ਨੇ ਜੀ, ਇਹ ਜਾਂ ਤਾਂ ਆਪਣੇ ਧਰਮ 'ਚ ਹੈ ਨਹੀਂ ਜੀ, ਇਹ ਜੇ ਰੋਕ ਲਾਈ ਜਾਂਦੇ ਨੇ ਜੀ। ਜੀ 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 ਫਿਰ ਐਕਚੁਅਲੀ 'ਚ ਸੱਚਾਈ ਕੀ ਆ ਆਸ਼ਰਮ ਦੀ, ਉੱਥੇ ਲੈ ਕੇ ਕੁੜੀਆਂ ਨੂੰ ਲੈ ਕੇ ਸੁਰੱਖਿਆ ਕਿਵੇਂ ਦੀ ਹੈ? ਉੱਥੇ ਤਾਂ ਬਾਹਲੀ ਸਿੱਖਿਆ ਜੀ, ਉਹ ਤਾਂ ਨਾਲ ਨਹੀਂ ਛੂਣ ਦਿੰਦੇ ਜੀ, ਜਿਹੜੇ ਰੋਕ ਲਾਏ ਨੇ ਇਹ ਤਾਂ ਗਲਤ ਕੰਮ ਨੇ ਜੀ, ਬੋਲੀ ਜਾਂਦੇ ਨੇ, ਇਹ ਤਾਂ ਮੀਡੀਆ ਊੜੀ ਵਾਲੇ ਗਲਤ ਹੀ ਬੋਲੀ ਜਾਂਦੇ ਨੇ ਜੀ। 3 ਸਾਲ ਹੋਣ ਵਾਲੇ ਆ ਹੁਣ, ਉਹ ਸਮਾਜ 'ਚ ਨਹੀਂ ਹੈਗੇ, ਤੇ ਹੁਣ ਸਮਾਜ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਜਾਂਦੇ ਗੁਰੂ ਜੀ ਨਹੀਂ ਹੈ? ਹੁਣ ਤਾਂ ਜੀ ਬਾਹਲਾ ਹੀ ਪ੍ਰਭਾਵ ਲੱਗੀ, ਦੁਨੀਆਂ ਨੂੰ ਪਤਾ ਹੀ ਲੱਗੀ ਜਾਂਦਾ ਜੀ, ਆਪ ਕਹਿ ਰਹੇ ਨੇ ਵੀ ਜੀ ਗੁਰੂ ਜੀ ਬਹੁਤ ਚੰਗੇ ਸੀਗੇ, ਆਪ ਕਹੀ ਜਾਂਦੇ ਨੇ ਹੁਣ ਜੀ। ਜੀ ਕੀ ਅੱਜ ਜ਼ਰੂਰਤ ਹੈ ਸਮਾਜ 'ਚ ਗੁਰੂ ਜੀ ਦੀ? ਬਹੁਤ ਜ਼ਰੂਰਤ ਹੈ ਜੀ, ਲੋਕ ਬਹੁਤ ਕਰੀ ਜਾਂਦੇ ਨੇ ਵੀ ਕਦੋਂ ਗੁਰੂ ਜੀ ਆਉਣ ਜੀ, ਬਹੁਤ ਕਰੀ ਜਾਂਦੇ ਨੇ ਜੀ। ਸਰਕਾਰ ਤੋਂ ਕੀ ਮੰਗ ਕਰੋਗੇ? ਸਰਕਾਰ ਤੋਂ ਇਹੀ ਮੰਗ ਕਰਦੇ ਵੀ ਜਿਹੜੇ ਸਾਡੇ 'ਤੇ ਦੋਸ਼ ਲਾਏ ਨੇ ਗਲਤ ਨੇ ਸਾਰਾ ਕੁਛ ਜੀ, ਬੇਨਜਾਇਜ਼ ਦੋਸ਼ ਗਲਤ ਨੇ, ਬੇਅਦਬੀ ਵਾਲੇ ਸਾਡੇ 'ਤੇ ਝੂਠੇ ਇਲਜ਼ਾਮ ਲਾਏ ਨੇ ਜੀ। ਬਹੁਤ ਬਹੁਤ ਧੰਨਵਾਦ। ਇਹ ਸੀ ਸਾਡੇ ਨਾਲ ਜੀਤ ਸਿੰਘ ਜੀ, ਜੋ ਸਿੱਖ ਸਮੁਦਾਇ ਨਾਲ ਸੰਬੰਧਿਤ ਨੇ, ਸਿੱਖ ਸਮੁਦਾਇ ਨਾਲ ਜੁੜੇ ਨੇ, ਤੇ ਇਹ ਡੇਰਾ ਸੱਚਾ ਸੌਦਾ ਬਾਰੇ ਵੀ ਜਾਣਦੇ ਆ, ਗੁਰੂ ਜੀ ਨੂੰ ਵੀ ਬਹੁਤ ਨਜ਼ਦੀਕ ਤੋਂ ਜਾਣਦੇ ਆ, ਉਹਨਾਂ ਨੂੰ ਵੀ ਬਹੁਤ ਕਰੀਬ ਤੋਂ ਇਹ ਜਾਣਦੇ ਆ। ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਆਰੋਪ ਹੈ ਉਹ ਝੂਠੇ ਲਗਾਏ ਜਾ ਰਹੇ ਆ ਡੇਰਾ ਸੱਚਾ ਸੌਦਾ ਤੇ, ਸੈਂਟ ਡਾਕਟਰ ਗੁਰਮੀਤ ਰਾਮ ਰਿਮ ਸਿੰਘ ਜਿੰਸਾ ਤੇ। ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਸਾਰੇ ਧਰਮਾਂ ਨੂੰ ਮੰਨਣਾ ਡੇਰਾ ਸੱਚਾ ਸੌਦਾ ਵਿੱਚ ਸਿਖਾਇਆ ਜਾਂਦਾ ਹੈ, ਸੈਂਟ ਡਾਕਟਰ ਗੁਰਮੀਤ ਰਾਮ ਰਿਮ ਸਿੰਘ ਜਿੰਸਾ ਦੁਆਰਾ ਸਿਖਾਇਆ ਜਾਂਦਾ ਹੈ, ਤੇ ਅੱਜ ਜਨਤਾ ਸਮਾਜ ਦੇ ਲੋਕ ਇਹ ਮੰਨ ਰਹੇ ਨੇ ਤੇ ਮੰਗ ਵੀ ਕਰ ਰਹੇ ਨੇ ਕਿ ਜਿੰਨਾ ਕੰਮ ਸੈਂਟ ਡਾਕਟਰ ਗੁਰਮੀਤ ਰਾਮ ਰਿਮ ਸਿੰਘ ਜਿੰਸਾ ਨੇ ਸਮਾਜ ਲਈ ਕੀਤਾ ਹੈ, ਨਸ਼ੇ ਨੂੰ ਛੁਡਾਉਣ ਲਈ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਮੋਟੀਵੇਟ ਕੀਤਾ ਹੈ, ਉਹਨਾਂ ਨੂੰ ਲੋਕਾਂ ਨੂੰ ਇੱਕ ਇੱਕ ਸੂਤਰ 'ਚ ਬੰਧਨ ਦੀ ਕੋਸ਼ਿਸ਼ ਕੀਤੀ ਹੈ, ਜਾਤ ਪਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਊਚ ਨੀਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਮਾਜ ਨੂੰ ਇੱਕ ਦਿਸ਼ਾ ਦਿੱਤੀ ਹੈ। ਅੱਜ ਵੀ ਇਸ ਦੇਸ਼ ਨੂੰ, ਇਸ ਸਮਾਜ ਨੂੰ, ਲੋਕਾਂ ਨੂੰ ਸੈਂਟ ਡਾਕਟਰ ਗੁਰਮੀਤ ਰਾਮ ਰਿਮ ਸਿੰਘ ਜੀ ਇਨਸਾ ਦੀ ਜ਼ਰੂਰਤ ਹੈ। ਜਿਸ ਤਰੀਕੇ ਨਾਲ ਜੀਤ ਸਿੰਘ ਜੀ ਨੇ ਦੱਸਿਆ ਕਿ ਆਮ ਲੋਕ ਵੀ ਡੇਰਾ ਪ੍ਰੇਮੀ ਦੇ ਨਾਲ ਨਾਲ ਆਮ ਜਨਤਾ ਵੀ ਅੱਜ ਮੰਨ ਰਹੀ ਹੈ ਤੇ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਸਮਾਜ ਦੇ ਵਿੱਚ ਵਾਪਿਸ ਆਉਣਾ ਚਾਹੀਦਾ ਹੈ। ਆਖਿਰ ਕਿਉਂ ਫਿਰ ਉਹਨਾਂ ਬਾਰੇ ਸੂਤਰਾਂ ਦੇ ਹਵਾਲੇ ਤੋਂ ਉਹ ਦਿਖਾਇਆ ਜਾਂਦਾ ਹੈ ਜਿਹੜੇ ਰੀਅਲ ਫੈਕਟ ਨਹੀਂ?
आखिर क्यों बदनाम किया जा रहा है? इस सवाल तोड़े ले जवाब जरूर पायो कमेंट बॉक्स। देखते रहो द फैक्ट आई और सच का साथ देने ले, सच की मुहिम अगे बधाने इस चैनल जरूर सबसक्राइब करो। बहुत बहुत धन्यवाद।